ਦੇ ਨਾਲ ਫਾਈਨਲ ਮੈਚ ਰੱਖਣਾ ਰਹਾ ਵਸੋ ਭਜਣਾ ਇਹ ਦੋਨੇ ਟੀਮਾਂ ਗਰਾਊਂਡ ਵਿੱਚ ਪਹੁੰਚ ਜਾਣ ਰੱਖਣਾ ਰਹਾ ਵਸੋ ਭਜਣਾ ਆ ਪਹਿਲੇ 20 ਨੰਬਰ ਹੋ ਗਿਆ ਟੀਮ ਜੇਤੂ ਜਿਹੜੀ ਜਾਣੀ ਹੈ ਆ ਕਿੰਨ ਵੀ ਇਸੇ ਨਗਰ ਦੇ ਲੰਬੀ ਖੇਡ ਮੈਦਾਨ ਦੇ ਵਿੱਚ ਪਹਿਲੀ ਰੇਡ ਪਾਉਣ ਦੇ ਲਈ ਸੱਤ ਹੋ ਗਿਆ ਹੁਣ ਦੇ ਵਿੱਚ ਚਾਰ ਜਫੀਆਂ ਤੇ ਢਾਵਾ ਬੋਲ ਛੱਡਿਆ ਤੇ ਚਾਰ ਜਫੀਆਂ ਦੇ ਵਿੱਚੋਂ ਤੋਂ ਲਾਉਂਦਾ ਜਫਾ ਰੱਖਣਾ ਢਾਵਾ ਦੀ ਤਰਤੀ ਤੇ ਤੇ ਸਾਹਮਣੇ ਵਜੇ ਇਹ ਪੱਛਿਆ ਜਾ ਰਿਹਾ ਹੈ ਪੁਆਇੰਟ ਦਾ ਹੋਰ ਦੱਸ ਦੋਇਆ ਇਹ ਪਹਿਲਾ 10 ਪੁਆਇੰਟ ਦੇ ਵਿੱਚ ਲੱਤੀ ਨੇ ਆਪਣੀ ਟੀਮ ਦੇ ਸੇ ਜੋੜਿਆ ਭਾਜੀ ਪਾਣੀ ਦੀ ਪਾਰਟੀ ਪਾਕ ਬੱਡੀ ਦੁਨੀਆ ਦੇ ਵਿੱਚ ਪ੍ਰਸਿੱਧ ਹੈ ਅੱਜ ਇਹ ਪੱਧਰ ਦੀ ਕਬੱਡੀ ਆਪਣੇ ਪ੍ਰਗਰ ਦੇ ਲਈ ਖੇਡੇਗਾ ਲੈ ਸਾਹਮਣੇ ਫਿਰ ਉਧਰ ਪੱਥਰਾਂ ਦੀ ਧਰਤੀ ਤੇ ਚਾਰ ਜਾਫੀ ਵੀ ਤਿਆਰ ਤੋਂ ਤਿਆਰ ਹੈ ਲਾ ਬਵੀਆਂ ਦਾ ਕਹਿੰਦੇ ਨੇ ਸੁਪਰ ਸਟਾਰ ਪਿੰਡ ਪੱਤਰ ਦੇ ਵਿੱਚ ਖੇਡਣ ਵਾਲਾ ਨੌਜਵਾਨ ਗੌਸ਼ਾਲਾ ਗੜਸ਼ਕਰ ਦੀ ਟੀਮ ਦੇ ਲਈ ਤਕੜਾ ਖੇਡਦਾ ਗੋਪ ਤੇ ਸਾਹਮਣੇ ਤੋਂ ਹੱਥ ਗੋਪੇ ਦੇ ਨਾਲ ਲਾ ਇਹ ਗੋਪੇ ਤੇ ਵੱਟ ਕੇ ਦਰਮਿਆਨ ਕਬੱਡੀ ਦਾ ਮੁਕਾਬਲਾ ਫਿਰ ਮੈਦਾਨ ਦੇ ਵਿੱਚ ਪੰਜਾਬੀ ਵੀਰ ਬੱਲੇ ਬੱਲੇ ਹੁੰਦੀ ਹੋਈ ਲਾ ਵੱਖਰੇ ਮੈਦਾਨ ਦੇ ਵਿੱਚ ਲਾ ਇੱਥੋਂ ਦੇ ਸਾਹਮਣੇ ਕਮਾਲ ਹੁੰਦਾ ਹੋਇਆ ਇੱਕ ਪਾਸੇ ਮੋਕਰ ਪੰਜਾਬ ਤੇ ਵੀ ਸਾਰੀ ਸਮੇਂ ਵਾਲੀ ਗੱਲ ਆ ਆਹ ਵਾਲਾ ਪੁਆਇੰਟ ਕਦੇ ਵੀ ਗੋਪੇ ਦੇ ਬਿਹਤਰੀਨ